हाँ जी, सारा नु सत श्री अकाल, नमस्कार। मैं विनोद कुमार गर्ग एक छोटा जहा वीडियो कोरोना महामारी के संबंध में थोड़े नाल साझा करन जा रहे हैं। दोस्तों, अक्सर आपां इह सुनदे आ रहे हैं कि जदों दी कोरोना महामारी शुरू हुई है कि बहुत सारे लोग जिहड़े हैगे ने इस बीमारी तो जिहड़े पीड़ित हैगे ने, उह तां चलो हैगे ही हैगे ने, नाल ही आपां देख रहे हैं कि बाकी जिहड़े इस बीमारी तो पीड़ित नहीं हन पर उह इस बीमारी दे नाल संबंधित मानसिक तनाव तो बहुत ज्यादा जो है मतलब पीड़ित हो चुके हैं। ठीक है, आपां खबरां च पढ़ चुके हैं कि कई जगह दे उपर इस महामारी तनाव तो चलदे हुए किसी ने आत्महत्या भी की है। एक शायद खबर पंजाब दी है ये कि मां पुत ने उन्होंने आत्महत्या कर ली है। ठीक है, तो इस तो अलावा आपां होर भी बहुत सारे लोग जिहड़े देखे आपां घरां दे विच बैठे हां, बार बार आपां टीवी चैनल दे उपर एको ही खबरां सुन रहे हां, एको ही हर चैनल दे उपर एको चीज दसी जा रही है भी कोरोना नाल ए हो गया, वह हो गया, इन्नियां मौतां हो गईयां। ਤਾਂ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮਾਨਸਿਕ ਤਣਾਅ ਆਪਣੇ ਸਮੁੱਚੇ ਵਿਸ਼ਵ ਦੇ ਉੱਪਰ, ਸਮੁੱਚੇ ਭਾਰਤ ਦੇ ਉੱਪਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਵੇਗਾ ਇਸ ਕਾਰਨ। ਤਾਂ ਇਸਦੇ ਚੱਲਦੇ ਮੇਰੇ ਇੱਕ ਅਜੀਜ਼ ਦੋਸਤ ਜੋ ਕਿ ਮੇਰੇ ਵਿਦਿਆਰਥੀ ਵੀ ਰਹਿ ਚੁੱਕੇ ਆ, ਰਿਸ਼ਭ ਬਰਨਾਲਾ, ਤਾਂ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਸਰ ਇੱਕ ਮਨੋਵਿਗਿਆਨਿਕ ਤੌਰ ਤੇ ਲੋਕਾਂ ਨੂੰ ਥੋੜਾ ਹੌਸਲਾ ਦੇਣ ਦੇ ਲਈ ਇੱਕ ਛੋਟਾ ਜਿਹਾ ਵੀਡੀਓ ਤਿਆਰ ਕਰਕੇ ਭੇਜੋ ਤਾਂ ਕਿ ਅਸੀਂ ਲੋਕਾਂ ਨੂੰ ਸਕਾਰਾਤਮਿਕ ਪੱਖ ਤੋਂ ਵੀ ਕੁਛ ਦੱਸ ਸਕੀਏ। ਤਾਂ ਇੱਕ ਮੈਂ ਛੋਟੀ ਜਿਹੀ ਕੋਸ਼ਿਸ਼ ਕਰ ਰਿਹਾ ਦੱਸਣ ਦੀ ਇਸ ਦੇ ਵਿੱਚ ਕਿ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕੋਰੋਨਾ ਪੈਂਡੈਮਿਕ, ਪੈਂਡੈਮਿਕ ਦਾ ਮਤਲਬ ਹੁੰਦਾ ਮਹਾਮਾਰੀ। ਠੀਕ ਹੈ, ਪੈਂਡੈਮਿਕ ਜਿਹੜਾ ਸ਼ਬਦ ਹੈ ਉਹ ਕੀ ਦੱਸਦਾ ਗਾ, ਮਹਾਮਾਰੀ। ਤਾਂ ਪੈਂਡੈਮਿਕ ਦਾ ਮਤਲਬ ਸਿਰਫ ਇਹ ਹੁੰਦਾ ਕਿ ਬਿਮਾਰੀ ਵੱਡੇ ਪੱਧਰ ਦੇ ਉੱਪਰ ਫੈਲ ਚੁੱਕੀ ਹੈ। ਠੀਕ ਹੈ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਬਿਮਾਰੀ ਖਤਰਨਾਕ ਵੀ ਹੈ। ਸਮਝ ਗਏ, ਇਹ ਫਲੂ ਦੇ ਲੱਛਣ ਹੁੰਦੇ ਨੇ, ਬਹੁਤ ਵਾਰ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਆ ਚੁੱਕੀਆਂ ਨੇ। ਤਾਂ ਆਪਾਂ ਇਹ ਵਾਰ ਵਾਰ ਇਸ ਪੁਆਇੰਟ ਤੇ ਫੋਕਸ ਨਾ ਕਰੋ ਕਿ ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਨਾਲ ਇਹ ਵੀ ਦੇਖੋ ਕਿ ਕਿੰਨੇ ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਨੇ। ਠੀਕ ਹੈ, ਜੇ ਆਪਾਂ ਉਹ ਖਬਰਾਂ ਨੂੰ ਵਾਰ ਵਾਰ ਪੜਾਂਗੇ ਤਾਂ ਆਪਾਂ ਮਾਨਸਿਕ ਤਣਾਅ ਤੋਂ ਤਾਂ ਘੱਟੋ ਘੱਟ ਬਚਣ ਦੀ ਪੂਰੀ ਕੋਸ਼ਿਸ਼ ਕਰ ਸਕਾਂਗੇ। ਦੂਸਰੀ ਗੱਲ ਕੀ ਹੈ ਕਿ ਭਾਰਤ ਵਿੱਚ ਬਹੁਤ ਮਰੀਜ਼ ਠੀਕ ਹੋ ਰਹੇ ਨੇ। ਜੇ ਆਪਾਂ ਸਾਰੀ ਅੱਜ ਕੱਲ੍ਹ ਤਾਂ ਸਰਕਾਰ ਨੇ ਖੁਦ ਦਾ ਆਪਣਾ ਡੈਸ਼ਬੋਰਡ ਤਿਆਰ ਕਰਤਾ ਜਿਸ ਤੇ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਕਿੰਨੇ ਮਰੀਜ਼ ਜਿਹੜੇ ਹੈਗੇ ਨੇ ਉਹ ਰਿਕਵਰ ਹੋਏ ਨੇ। ਠੀਕ ਹੈ, ਤਾਂ ਉਹਨਾਂ ਬਾਰੇ ਵਾਰ ਵਾਰ ਪੜ੍ਹੋ ਤੇ ਉਹੀ ਗੱਲ ਨੂੰ ਵਟਸਐਪ ਜਾਂ ਜਿਹੜਾ ਵੀ ਸੋਸ਼ਲ ਮੀਡੀਆ ਹੈਗਾ ਤਾਂ ਪੋਜ਼ਿਟਿਵ ਗੱਲਾਂ ਨੂੰ ਲੋਕਾਂ ਨਾਲ ਜੇ ਇੱਕ ਦੂਜੇ ਨਾਲ ਸ਼ੇਅਰ ਕਰੋਗੇ ਤਾਂ ਸਾਰੇ ਹੀ ਆਪਾਂ ਇਸ ਬਿਮਾਰੀ ਦੇ ਉੱਪਰ ਨਿਜਾਤ ਪਾਉਣ ਦੀ ਕੋਸ਼ਿਸ਼ ਕਰ ਸਕਾਂਗੇ। ਠੀਕ ਹੈ, ਦੂਸਰਾ ਜਿਹੜਾ ਇੱਕ ਤੀਸਰਾ ਵੱਡਾ ਪੁਆਇੰਟ ਹੈਗਾ ਸਮਾਜਿਕ ਦੂਰੀ, ਜਿਹਨੂੰ ਆਪਾਂ ਸੋਸ਼ਲ ਡਿਸਟੈਂਸਿੰਗ, ਬਹੁਤ ਵੱਡਾ ਇਸ ਟਰਮ ਦਾ ਪ੍ਰਚਲਨ ਹੋਇਆ ਗਾ ਪੂਰੇ ਵਿਸ਼ਵ ਦੇ ਵਿੱਚ ਸੋਸ਼ਲ ਡਿਸਟੈਂਸਿੰਗ। ਤਾਂ ਜਿੱਥੋਂ ਤੱਕ ਮੇਰਾ ਮੰਨਣਾ ਗਾ ਇਹ ਟਰਮ ਗਲਤ ਹੈ। ਸੋਸ਼ਲ ਡਿਸਟੈਂਸਿੰਗ ਦੀ ਜਗ੍ਹਾ ਤੇ ਆਪਾਂ ਪਬਲਿਕ ਗੈਪ ਟਰਮ ਯੂਜ਼ ਕਰਨੀ ਸੀਗੀ। ਠੀਕ ਹੈ, ਮਤਲਬ ਸੋਸ਼ਲ ਡਿਸਟੈਂਸ ਆਪਦੀ ਜਿਹੜਾ ਉਹਦਾ ਮੇਨ ਉਹਦੇ ਪਿੱਛੇ ਇੱਕ ਉਪਰਾਲਾ ਕੀਤਾ ਗਿਆ ਸੀ, ਉਹ ਤਾਂ ਉਹਨਾਂ ਦੇ ਮਨਸੂਬੇ ਤਾਂ ਸਹੀ ਸੀ ਪਰ ਟਰਮ ਗਲਤ ਹੈ। ਟਰਮ ਆਪਾਂ ਕਰਨੀ ਸੀਗੀ ਪਬਲਿਕ ਗੈਪ, ਤਾਂ ਕਿ ਆਪਾਂ ਇੱਕ ਦੂਜੇ ਨੂੰ ਬਿਮਾਰੀ ਤੋਂ ਜਿਹੜੀ ਹੈਗੀ ਗ੍ਰਸਤ ਨਾ ਕਰ ਸਕੀਏ। ਤਾਂ ਉਹਦੇ ਲਈ ਇੱਕ ਪਬਲਿਕ ਗੈਪ ਹੈ, ਇਹਨੂੰ ਸਮਾਜਿਕ ਦੂਰੀ ਨਾ ਸਮਝਿਆ ਜਾਵੇ। ਠੀਕ ਹੈ, ਸਮਾਜਿਕ ਦੂਰੀ ਦਾ ਮਤਲਬ ਕੀ ਹੈ ਕਿ ਆਪਾਂ ਸਮਾਜ ਤੋਂ ਕੱਟ ਆਫ ਹੋਵੇ, ਆਪਣੇ ਰਿਸ਼ਤੇ ਨਾਤੇ ਖਤਮ ਹੋਵੇ, ਜਿਹਦੇ ਬਾਰੇ ਸੋਚ ਕੇ ਆਪਾਂ ਨੂੰ ਮਾਨਸਿਕ ਤਣਾਵ ਹੋ ਰਿਹਾ ਗਾ, ਤਾਂ ਆਪਾਂ ਨੂੰ ਸਮਾਜਿਕ ਦੂਰੀ ਨਹੀਂ ਕਹਿਣਾ, ਆਪਾਂ ਨੂੰ ਕੀ ਕਹਾਂਗੇ ਪਬਲਿਕ ਗੈਪ, ਤਾਂ ਕਿ ਆਪਾਂ ਇੱਕ ਦੂਜੇ ਦਾ ਫਾਇਦਾ ਕਰ ਰਹੇ ਹਾਂ ਇਸ ਦੇ ਵਿੱਚ, ਤਾਂ ਕਿ ਕਿਸੇ ਨੂੰ ਬਿਮਾਰੀ ਨਾ ਹੋਵੇ। ਓਕੇ, ਹੁਣ ਕੀ ਹੈ ਆਪਾਂ ਨੂੰ ਬਚਣ ਦੇ ਲਈ ਹੋਰ ਚੌਥਾ ਪੁਆਇੰਟ ਕੀ ਕਰ ਸਕਦੇ ਆਪਾਂ, ਚੇਂਜ ਯੂਅਰ ਸਟੇਟ ਆਫ ਮਾਇੰਡ। ਚੇਂਜ ਯੂਅਰ ਸਟੇਟ ਆਫ ਮਾਇੰਡ ਨੂੰ ਪੰਜਾਬੀ ਤੁਹਾਨੂੰ ਦੱਸਾਂਗਾ ਮੈਂ ਕਿ ਆਪਦੀ ਜਿਹੜਾ ਤੁਹਾਡਾ ਮਨ ਹੈ ਜਿਹੜਾ ਉਹਦੀ ਸਥਿਤੀ ਨੂੰ ਚੇਂਜ ਕੀਤਾ ਜਾਵੇ, ਬਦਲਿਆ ਜਾਵੇ। ਜਿਵੇਂ ਕਿ ਆਪਾਂ ਵਾਰ ਵਾਰ ਟੀਵੀ ਚੈਨਲ ਸੁਣਨ ਦੀ ਬਜਾਏ ਆਪਾਂ ਕੁਛ ਸਕਾਰਾਤਮਿਕ ਜਿਹੜੇ ਪੋਜ਼ਿਟਿਵ ਕੰਮ ਨੇ ਜਿਹੜੇ ਆਪਾਂ ਆਪਦੇ ਘਰਾਂ ਦੇ ਵਿੱਚ ਰਹਿ ਕੇ ਕਰ ਸਕਦੇ ਹਾਂ, ਉਹਨਾਂ ਦੇ ਉੱਪਰ ਜੇ ਜ਼ੋਰ ਦਈਏ ਤਾਂ ਤੁਹਾਡੀ ਜਿਹੜੀ ਮਾਨਸਿਕ ਹਾਲਤ ਹੈ, ਜਿਹੜਾ ਤੁਹਾਡਾ ਨਜ਼ਰੀਆ ਹੈਗਾ, ਉਹ ਤੁਹਾਡਾ ਬਦਲ ਜਾਊਗਾ, ਤਾਂ ਜਿਹਦੇ ਨਾਲ ਆਪਾਂ ਮਾਨਸਿਕ ਤਣਾਅ ਤੋਂ ਪੀੜਿਤ ਨਹੀਂ ਹੋਵਾਂਗੇ। ਓਕੇ, ਅਗਲਾ ਪੁਆਇੰਟ ਹੈਗਾ ਬਿਕਮ ਨੇਬਰਿੰਗ। ਬਿਕਮ ਨੇਬਰਿੰਗ ਦਾ ਮਤਲਬ ਕੀ ਹੈਗਾ ਕਿ ਤੁਸੀਂ ਆਪਣੇ ਆਸੇ ਪਾਸੇ, ਆਪਣੇ ਘਰ ਦੇ ਆਸੇ ਪਾਸੇ ਦੇਖੋ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ, ਕਿਉਂਕਿ ਇਸ ਮਹਾਂਵਾਰੀ ਦੌਰਾਨ ਆਪਾਂ ਸਾਰੇ ਹੀ ਕਿਸੇ ਨਾ ਕਿਸੇ ਕੰਮਾਂ ਤੋਂ ਪੀੜਿਤ ਹੋ ਹੀ ਚੁੱਕਿਆ ਕਿ ਆਪਾਂ ਨੇ ਕੰਮ ਨਹੀਂ ਹੋ ਰਹੇ। ਠੀਕ ਹੈ, ਤਾਂ ਬਟ ਆਪਾਂ ਇੱਕ ਦੂਸਰੇ ਦੇ ਕੋਈ ਕੰਮ ਕਰ ਵੀ ਸਕਦੇ ਹਾਂ। ਫੋਰ ਐਗਜ਼ਾਮਪਲ, ਤੁਹਾਡੇ ਆਸੇ ਪਾਸੇ ਕੋਈ ਗਰਭਵਤੀ ਔਰਤ ਹੈ ਜਾਂ ਕੋਈ ਕਿਸੇ ਦਾ ਬੱਚਾ ਬਿਮਾਰ ਹੈ ਜਾਂ ਕਿਸੇ ਨੂੰ ਕੋਈ ਰਾਸ਼ਨ ਦੀ ਜ਼ਰੂਰਤ ਹੈ, ਤਾਂ ਜੋ ਵੀ ਸੰਭਵ ਜਥਾਗਤ ਆਪਾਂ ਕਰ ਸਕਦੇ ਹਾਂ ਤਾਂ ਉਹ ਆਪਾਂ ਨੂੰ ਕਰਨਾ ਚਾਹੀਦਾ ਹੈਗਾ, ਤਾਂ ਉਹਦੇ ਨਾਲ ਜਿਹੜੀ ਤੁਹਾਡੀ ਸਟੇਟ ਆਫ ਮਾਇੰਡ ਹੈ ਉਹ ਬਹੁਤ ਬਦਲ ਜਾਊਗੀ। ਪਰ ਹਾਂ, ਨਾਲ ਇਹ ਜ਼ਰੂਰ ਧਿਆਨ ਰੱਖਣਾ ਕਿ ਪਬਲਿਕ ਗੈਪ ਜਿਹੜਾ ਹੈਗਾ ਉਹ ਮੇਨਟੇਨ ਹੀ ਰੱਖਣਾ ਹੈਗਾ ਜਦੋਂ ਵੀ ਆਪਾਂ ਕਿਸੇ ਦੀ ਮਦਦ ਕਰਨੀ ਹੈ। ਠੀਕ ਹੈ, ਨੈਕਸਟ ਹੈ ਅਲਟਰ ਯੂਅਰ ਫੋਕਸ। ਮਤਲਬ ਕੀ ਹੈ ਕਿ ਆਪਦਾ ਜਿਹੜਾ ਕੇਂਦਰ ਹੈ, ਮਨ ਦਾ ਜਿਹੜਾ ਕੇਂਦਰ ਆ ਉਹਨੂੰ ਚੇਂਜ ਕਰ ਲਓ, ਉਹਨੂੰ ਬਦਲ ਲਓ। ਉਹਨੂੰ ਕਿਵੇਂ ਬਦਲੋਗੇ,
ਉਹੀ ਗੱਲ ਮੈਂ ਬਾਰ ਬਾਰ ਕਰ ਰਿਹਾ ਕਿ ਟੀਵੀ ਚੈਨਲ ਦੇਖਣਾ ਛੱਡ ਹੀ ਦਿਓ, ਸਮਝ ਗਏ? ਕਿਉਂਕਿ ਟੀਵੀ ਚੈਨਲ ਵਾਲੇ ਜਿਹੜੇ ਹੈਗੇ ਨਾ, ਮਤਲਬ ਬਹੁਤ ਇੱਕ ਹਊਆ ਕ੍ਰੀਏਟ ਆਪਣੇ ਅੰਦਰ ਕਰ ਰਹੇ ਨੇ, ਉਹਨਾਂ ਦੀ ਜਿਹੜੀ ਬੋਲਣ ਦਾ ਜਿਹੜਾ ਢੰਗ ਹੈਗਾ ਗਾ ਉਹ ਆਪਣੇ ਅੰਦਰ ਵੈਸੇ ਹੀ ਆਪਾਂ ਨੂੰ ਮਾਨਸਿਕ ਤਣਾਅ ਚ ਲੈ ਜਾਂਦਾ ਵੀ ਇੰਨੀਆਂ ਮੌਤਾਂ ਹੋ ਗਈਆਂ, ਇਹ ਹੋ ਚੁੱਕਿਆ ਗਾ, ਮਤਲਬ ਬਹੁਤ ਕੁਛ ਉਹ ਬੋਲਦੇ ਨੇ, ਤਾਂ ਉਹਨਾਂ ਨੂੰ ਆਪਾਂ ਅਵੋਇਡ ਕਰਨਾ, ਉਹਨਾਂ ਨੂੰ ਆਪਾਂ ਛੱਡਣਾ ਗਾ। ਆਪਾਂ ਸਿਰਫ ਜੋ ਸਰਕਾਰ ਦਾ ਡੈਸ਼ਬੋਰਡ ਆ ਉਹਦੇ ਉੱਪਰ ਇੱਕ ਵਾਰ ਧਿਆਨ ਦੇ ਸਕਦੇ ਹਾਂਗੇ, ਕਿਉਂਕਿ ਉਹ ਪੁਸ਼ਟੀ ਕਰਦੇ ਨੇ ਵੀ ਆਹ ਕੁਛ ਇੰਨਾ ਇੰਨਾ ਹੋ ਚੁੱਕਿਆ ਗਾ, ਠੀਕ ਹੈ? ਤਾਂ ਸਿਰਫ ਉਹਨੂੰ ਹੀ ਦੇਖੋ ਜੋ ਪੁਸ਼ਟੀ ਕੀਤੀ ਗਈ ਹੈ, ਬਾਕੀ ਅਫਵਾਹਾਂ ਤੇ ਆਪਾਂ ਬਾਰ ਬਾਰ ਕੇਂਦਰਿਤ ਧਿਆਨ ਕਰਾਂਗੇ ਤਾਂ ਆਪਣਾ ਨੁਕਸਾਨ ਹੋਊਗਾ, ਮਾਨਸਿਕ ਨੁਕਸਾਨ ਹੋਊਗਾ। ਤਾਂ ਉਹ ਤੋਂ ਆਪਾਂ ਬਚਣ ਦੇ ਲਈ ਇਹ ਉਪਰਾਲਾ ਕਰਨਾ, ਕੀ ਉਪਰਾਲਾ ਕਰਨਾ ਕਿ ਆਪਾਂ ਆਪਦਾ ਫੋਕਸ ਚੇਂਜ ਕਰਨਾ, ਆਪਾਂ ਟੀਵੀ ਚੈਨਲ ਨੂੰ ਅਵੋਇਡ ਕਰਨਾ, ਓਕੇ? ਲਾਸਟ ਇੱਕ ਬਹੁਤ ਵਧੀਆ ਪੁਆਇੰਟ ਹੈ ਕਿ ਆਪਾਂ ਮਾਨਸਿਕ ਜਿਹੜੀ ਇਹ ਪੀੜਿਤ ਹੋ ਰਿਹਾ ਮਾਨਸਿਕ ਤੌਰ ਤੇ, ਉਹਨੂੰ ਆਪਾਂ ਡਿਪਰੈਸ਼ਨ ਦੀ ਬਿਮਾਰੀ ਕਹਿੰਦੇ ਹਾਂ, ਤਾਂ ਡਿਪਰੈਸ਼ਨ ਨੂੰ ਆਪਾਂ ਚੇਂਜ ਕਰ ਦਈਏ, ਡਿਪਰੈਸ਼ਨ ਨੂੰ ਆਪਾਂ ਬਦਲ ਦਈਏ ਐਕਸਪ੍ਰੈਸ਼ਨ ਦੇ ਵਿੱਚ, ਠੀਕ ਹੈ? ਡਿਪਰੈਸ਼ਨ ਨੂੰ ਐਕਸਪ੍ਰੈਸ਼ਨ ਚ ਬਦਲਣ ਦਾ ਮਤਲਬ ਕੀ ਹੋਇਆ ਕਿ ਤੁਹਾਡੇ ਮਤਲਬ ਜਿਹੜਾ ਵੀ ਇਨਸਾਨ ਦੁਨੀਆ ਦੇ ਉੱਪਰ ਆਇਆ ਹੈਗਾ, ਚਾਹੇ ਬੱਚਾ ਇਸ ਟਾਈਮ, ਚਾਹੇ ਉਹ ਬਜ਼ੁਰਗ ਅਵਸਥਾ, ਚਾਹੇ ਕਿਸ ਮਰਜ਼ੀ ਅਵਸਥਾ ਵਿੱਚ ਹੋਵੇ, ਉਹਦੇ ਵਿੱਚ ਕੋਈ ਨਾ ਕੋਈ ਟੈਲੈਂਟ ਹਰ ਵਕਤ ਮੌਜੂਦ ਰਹਿੰਦਾ ਹੈਗਾ, ਠੀਕ ਹੈ? ਤਾਂ ਆਪਾਂ ਉਸ ਟੈਲੈਂਟ ਨੂੰ ਐਕਸਪ੍ਰੈਸ ਕਰ ਸਕਦੇ ਹਾਂ। ਆਪਾਂ ਆਪਣੇ ਘਰਾਂ ਦੇ ਵਿੱਚ ਹੁਣ ਵਿਹਲੇ ਹਾਂ, ਬੰਦ ਹਾਂ, ਤਾਂ ਇਹ ਟਾਈਮ ਦੇ ਵਿੱਚ ਜੇ ਮੰਨ ਲਓ ਕਿਸੇ ਲੇਡੀ ਨੂੰ ਕੁਕਿੰਗ ਦੇ ਵਿੱਚ ਕੋਈ ਬਹੁਤ ਵਧੀਆ ਰੈਸਿਪੀ ਬਣਾਉਣੀ ਆਉਂਦੀ ਆ, ਤਾਂ ਉਹ ਆਪਦਾ ਟੈਲੈਂਟ ਉੱਥੇ ਵਰਤ ਸਕਦੀ ਹੈ, ਠੀਕ ਹੈ? ਕਿਸੇ ਨੂੰ ਕੋਈ ਬਹੁਤ ਵਧੀਆ ਕਹਾਣੀ ਲਿਖਣੀ ਆਉਂਦੀ ਆ, ਕੋਈ ਲੇਖ ਲਿਖਣਾ ਆਉਂਦਾ ਗਾ, ਕੋਈ ਵੀ ਆਰਟੀਕਲ ਲਿਖਣਾ ਆਉਂਦਾ ਗਾ, ਕੋਈ ਕਵਿਤਾ ਲਿਖਣੀ ਆਉਂਦੀ ਹੈ, ਤਾਂ ਉਹ ਆਪਦਾ ਜਿਹੜਾ ਟਾਈਮ ਆ ਉਸ ਦੇ ਉੱਪਰ ਵਰਤ ਸਕਦਾ ਗਾ, ਤੇ ਤੁਹਾਡੇ ਆਰਟੀਕਲ, ਤੁਹਾਡੇ ਕਵਿਤਾਵਾਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਵੀ ਹੁੰਦੀਆਂ ਨੇ, ਜਿਹਦੇ ਕਰਕੇ ਤੁਹਾਡਾ ਇੱਕ ਨਾਮ ਬਣੂਗਾ, ਠੀਕ ਹੈ? ਕਿ ਤੁਹਾਨੂੰ ਬਹੁਤ ਵਧੀਆ ਇੱਕ ਉਹਦਾ ਨਤੀਜਾ ਵੀ ਮਿਲੂਗਾ, ਤੇ ਆਪਾਂ ਸਾਰੇ ਹੀ ਉਹਦੇ ਨਾਲ ਸਕਾਰਾਤਮਿਕ ਪੱਖ ਤੇ ਮਜ਼ਬੂਤ ਹੋ ਜਾਵਾਂਗੇ, ਠੀਕ ਹੈ? ਤਾਂ ਇਸ ਤਰ੍ਹਾਂ ਹੋਰ ਵੀ ਟੈਲੈਂਟ ਸਾਰੇ ਦੇ ਅੰਦਰ ਅੱਜ ਕੱਲ੍ਹ ਹੈਗੇ ਨੇ। ਟਿਕਟੌਕ ਤੇ ਲੋਕ ਵੀਡੀਓਜ਼ ਬਣਾਉਂਦੇ ਨੇ, ਤੁਹਾਨੂੰ ਕਿਸ ਨੂੰ ਹਸਾਉਣਾ ਆਉਂਦਾ ਤੁਸੀਂ ਕਿਸ ਨੂੰ ਹਸਾ ਸਕਦੇ ਹੋ, ਠੀਕ ਹੈ? ਤਾਂ ਜੇ ਆਪਾਂ ਇਹ ਸਾਰੀ ਚੀਜ਼ਾਂ ਕਰਾਂਗੇ ਤਾਂ ਘੱਟੋ ਘੱਟ ਆਪਾਂ ਕੋਰੋਨਾ ਨਾਲ ਪੈਦਾ ਹੋਣ ਵਾਲੇ ਮਾਨਸਿਕ ਤਣਾਅ ਤੋਂ ਬਚ ਜਾਵਾਂਗੇ, ਕਿਉਂਕਿ ਮਾਨਸਿਕ ਬਿਮਾਰੀ ਜਿਹੜੀ ਹੈਗੀ ਉਹ ਕੋਰੋਨਾ ਨਾਲੋਂ ਵੀ ਕਿਤੇ ਜ਼ਿਆਦਾ ਖਤਰਨਾਕ ਹੋਵੇਗੀ, ਤੇ ਇੱਕ ਬੰਦੇ ਦਾ ਮਾਨਸਿਕ ਰੋਗੀ ਹੋਣਾ ਪੂਰੇ ਪਰਿਵਾਰ ਦੇ ਲਈ ਮਹਿੰਗਾ ਪੈ ਜਾਂਦਾ ਗਾ। ਤਾਂ ਇਸ ਕਰਕੇ ਆਪਾਂ ਇਸ ਮਾਨਸਿਕ ਬਿਮਾਰੀ ਤੋਂ ਜ਼ਰੂਰ ਬਚਣਾ ਗਾ। ਸੋ ਇਹਨਾਂ ਪੁਆਇੰਟਸ ਦੇ ਉੱਪਰ ਧਿਆਨ ਦਿਓ, ਇੱਕ ਦੂਜੇ ਨਾਲ ਜੋ ਤੁਹਾਡੇ ਕੋਲ ਹੈਗਾ ਉਹ ਸ਼ੇਅਰ ਕਰੋ, ਕਿਉਂਕਿ ਮੈਂ ਲਾਸਟ ਵਿੱਚ ਲਿਖਿਆ ਗਾ ਇਫ ਯੂ ਹੈਵ ਸਮਥਿੰਗ ਟੂ ਸ਼ੇਅਰ ਵਿਦ ਪੀਪਲ ਦੈਨ ਸ਼ੇਅਰ ਇਟ, ਠੀਕ ਹੈ? ਜੇ ਤੁਹਾਡੇ ਕੋਲ ਕੋਈ ਪੋਜ਼ਿਟਿਵ ਚੀਜ਼ ਹੈਗੀ ਹੈ ਕਿਸੇ ਨਾਲ ਸ਼ੇਅਰ ਕਰਨ ਦੇ ਲਈ ਤਾਂ ਜ਼ਰੂਰ ਸ਼ੇਅਰ ਕਰੋ। ਸੋ ਸ਼ੁਕਰੀਆ ਤੁਹਾਡਾ ਦੇਖਣ ਦੇ ਲਈ, ਸਾਰਿਆਂ ਦੇ ਨਾਲ ਇਹ ਵੀਡੀਓ ਸਾਂਝਾ ਕਰੋ, ਠੀਕ ਹੈ? ਇੱਕ ਦੂਸਰੇ ਨੂੰ ਦਿਖਾਓ ਤੇ ਸੋਚੋ ਕਿ ਆਪਾਂ ਮਾਨਸਿਕ ਬਿਮਾਰੀ ਤੋਂ ਕਿਵੇਂ ਬਚ ਸਕਦੇ ਹਾਂ। ਧੰਨਵਾਦ।